ਇਹ ਤਾਂ ਬਾਬਾ ਦੀਪ ਸਿੰਘ ਜੀ ਡੋਲਣ ਨਹੀਂ ਦਿੰਦੇ। ਇਹ ਥੋੜ੍ਹੀ ਕਿ ਦੁੱਖ ਨਹੀਂ ਗਏ ਜ਼ਿੰਦਗੀ 'ਚ, ਹਰੇਕ ਦੀ ਜ਼ਿੰਦਗੀ 'ਚ ਦੁੱਖ ਗਏ। ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲਓ, ਉਹਦੀ ਜ਼ਿੰਦਗੀ 'ਚ ਕੋਈ ਨਾ ਕੋਈ ਮੁਸ਼ਕਲ ਹੈਗੀ ਹੋਵੇ, ਕਿਉਂਕਿ ਇਹ ਸੰਸਾਰ ਦੁੱਖਾਂ ਦੀ ਨਗਰੀ ਹੈ। ਪਰ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਣ ਵਾਲਿਆਂ ਨੂੰ ਦੁੱਖ ਕਦੀ ਤੰਗ ਨਹੀਂ ਕਰਦਾ। ਉਹਨਾਂ ਦੇ ਚਿਹਰੇ 'ਤੇ ਹਮੇਸ਼ਾ ਬਾਬਾ ਜੀ ਦੇ ਨਾਮ ਦੇ ਨੂਰ ਦੀ ਸ਼ਕਤੀ ਰਹਿੰਦੀ ਹੈ। ਬਾਬਾ ਦੀਪ ਸਿੰਘ ਜੀ ਨਾ ਬੰਦੇ ਨੂੰ ਅੰਦਰੋਂ ਮਜ਼ਬੂਤ ਬਣਾ ਦਿੰਦੇ ਆ ਕਿ ਦੁੱਖ ਤੁਹਾਡੇ 'ਤੇ ਆਉਣਗੇ, ਮੁਸ਼ਕਲਾਂ ਵੀ ਆਉਣਗੀਆਂ, ਪਰ ਤੁਸੀਂ ਡਰੋਗੇ ਨਹੀਂ, ਕਿਉਂਕਿ ਤੁਹਾਨੂੰ ਪਤਾ ਮੇਰੇ ਨਾਲ ਐਡੀ ਵੱਡੀ ਸ਼ਕਤੀ ਬੈਠੀ ਹੈ, ਉਹਨੇ ਮੈਨੂੰ ਕੁਛ ਆਉਣ ਨਹੀਂ ਦੇਣਾ। ਅਤੇ ਯਕੀਨ ਮੰਨਿਓ, ਜਿਹੜੇ ਬਾਬਾ ਜੀ ਦਾ ਨਾਮ ਲੈ ਕੇ ਅੱਗੇ ਵਧਦੇ ਨਾ, ਉਹਨਾਂ ਨੂੰ ਇੱਥੇ ਕੋਈ ਸ਼ਕਤੀ ਨਹੀਂ ਹਰਾ ਸਕਦੀ। ਵੱਡੇ ਤੋਂ ਵੱਡੇ ਤੂਫਾਨ ਵੀ ਉਹ ਪਾਰ ਕਰ ਜਾਂਦੇ ਆ ਜਿਨ੍ਹਾਂ ਨੇ ਹੱਥ ਬਾਬਾ ਜੀ ਦਾ ਫੜਿਆ ਹੈ। ਸਾਰੇ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ। ਫਿਕਰ ਨਾ ਕਰੋ, ਬਾਬਾ ਜੀ ਬੈਠੇ ਆ, ਉਹਨਾਂ ਨੇ ਆਪੇ ਹਰ ਮੁਸ਼ਕਲ ਆਸਾਨ ਕਰ ਦੇਣੀ ਤੁਹਾਡੇ ਲਈ। ਤੁਸੀਂ ਬਸ ਉਹਨਾਂ ਅੱਗੇ ਜਾ ਕੇ ਅਰਦਾਸ ਕਰੋ, ਬਾਕੀ ਸਭ ਉਹਨਾਂ ਨੇ ਸਾਂਭ ਲੈਣਾ।